ਇਹ ਤਸਵੀਰਾਂ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਦੀਆਂ ਨੇ, ਜਿੱਥੇ ਦੱਸਦੇ ਕਿ ਪਹਿਲੀ ਕਨਵੋਕੇਸ਼ਨ ਤੇ ਚੀਫ ਗੈਸਟ ਵਜੋਂ ਪਹੁੰਚੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਦੱਸਦੇ ਆ ਕਿ ਉਹਨਾਂ ਦੇ ਵੱਲੋਂ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ ਤੇ ਇਸ ਮੌਕੇ ਉਹਨਾਂ ਦੇ ਨਾਲ ਐਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਮੌਜੂਦ ਰਹੇ। ਇਸ ਮੌਕੇ ਦੱਸਦੇ ਕਿ ਐਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਵੱਲੋਂ ਇਹ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਨਸ਼ਾ ਲਗਾਤਾਰ ਵੱਧ ਰਿਹਾ। ਗਵਰਨਰ ਤੋਂ ਬਾਅਦ ਐਚਪੀਸੀ ਪ੍ਰਧਾਨ ਨੇ ਵੀ ਨਸ਼ੇ ਦੇ ਮੁੱਦੇ ਤੇ ਪੰਜਾਬ ਸਰਕਾਰ ਤੇ ਸਵਾਲ ਖੜੇ ਕੀਤੇ ਨੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪਹਿਲਾਂ ਕਹਿੰਦੇ ਸੀ ਕਿ ਅਕਾਲੀ ਸਰਕਾਰ ਦੇ ਵੇਲੇ ਨਸ਼ਾ ਬਹੁਤ ਜ਼ਿਆਦਾ ਵਿਕਦਾ ਸੀ, ਬਾਅਦ ਵਿੱਚ ਕਾਂਗਰਸ ਸਰਕਾਰ ਦੇ ਵੇਲੇ ਵੀ ਕਾਫੀ ਜ਼ਿਆਦਾ ਨਸ਼ਾ ਵਿਕਿਆ ਹੈ, ਪਰ ਹੁਣ ਜਦ ਦੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਈ ਹੈ ਤੇ ਹੁਣ ਤਾਂ ਹੱਦ ਹੀ ਹੋ ਗਈ ਹੈ, ਘਰ ਘਰ ਦੇ ਵਿੱਚ ਨਸ਼ਾ ਜਿਹੜਾ ਪਹੁੰਚ ਚੁੱਕਿਆ ਹੈ। ਉਹਨਾਂ ਇਹ ਵੀ ਕਿਹਾ ਕਿ ਮੇਰੀ ਇੱਕ ਪੁਲਿਸ ਅਫਸਰ ਦੇ ਨਾਲ ਗੱਲ ਹੋਈ ਸੀ, ਉਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਜਦੋਂ ਸਰਹੱਦ ਪਾਰ ਤੋਂ ਨਸ਼ਾ ਆਉਂਦਾ ਸੀ ਤਾਂ ਅੱਗੇ ਚਲਾ ਜਾਂਦਾ ਸੀ, ਪਰ ਹੁਣ ਜਦ ਵੀ ਸਰਹੱਦ ਪਾਰ ਤੋਂ ਨਸ਼ਾ ਆਉਂਦਾ ਹੈ ਪੰਜਾਬ ਤੋਂ ਅੱਗੇ ਨਹੀਂ ਜਾਂਦਾ, ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਨੌਜਵਾਨ ਨਸ਼ੇ ਦੇ ਆਦੀ ਹੋ ਰਹੇ ਨੇ ਅਤੇ ਪੰਜਾਬ ਸਰਕਾਰ ਜੋ ਨਸ਼ੇ ਨੂੰ ਖਤਮ ਕਰਨ ਦੀ ਗੱਲ ਕਰਦੇ ਨੇ ਉਹ ਸਭ ਕੁਝ ਝੂਠੀ ਹੈ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਜਿਹੜੀ ਪੰਜਾਬ ਦੇ ਵਿੱਚੋਂ ਇਸ ਵੇਲੇ ਰਨਾਊਂਡ ਯੂਨੀਵਰਸਿਟੀਆਂ 'ਚੋਂ ਇੱਕ ਆ, ਔਰ ਇਸ ਯੂਨੀਵਰਸਿਟੀ ਅਤੇ ਮੈਡੀਕਲ ਕਾਲਜ ਨੂੰ ਇਹ ਵੀ ਮਾਣ ਪ੍ਰਾਪਤ ਹੋਇਆ ਕਿ ਅੱਜ ਦੁਨੀਆ ਸਮੁੱਚੇ ਇੰਡੀਆ ਦੇ ਵਿੱਚੋਂ ਇਹ 17 ਨੰਬਰ 'ਤੇ ਫੋਲ ਕਰਦੀ ਆ, ਔਰ ਅੱਜ ਓਨਰੇਬਲ ਗਵਰਨਰ ਆਫ ਪੰਜਾਬ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਅਚੇਚੇ ਤੌਰ 'ਤੇ ਜਿਹੜੇ ਬੱਚੇ ਸਾਡੇ ਮੈਡੀਕਲ MBBS MS MD ਕਰਕੇ ਗਏ ਉਹਨਾਂ ਸਾਰਿਆਂ ਨੂੰ ਡਿਗਰੀਆਂ ਤਕਸੀਮ ਕਰਨ ਪਹੁੰਚੇ ਸੀਗੇ। ਸੋ ਮੈਂ ਧੰਨਵਾਦ ਕਰਦਾ ਉਹਨਾਂ ਦਾ ਕਿ ਜਿਨ੍ਹਾਂ ਨੇ ਪਹਿਲਾਂ ਵੀ ਗੁਰੂ ਰਾਮਦਾਸ ਪਾਤਸ਼ਾਹ ਦੇ ਗੁਰਤਾ ਦਿਵਸ 450 ਸਾਲਾ ਸ਼ਤਾਬਦੀ ਅਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੋਤੀ ਜੋਤ ਉਸ ਦਿਵਸ ਨੂੰ 450 ਸਾਲਾਂ ਨੂੰ ਸ਼ਤਾਬਦੀ ਦੇ ਰੂਪ ਦੇ ਵਿੱਚ ਆਪਣਾ ਯੋਗਦਾਨ ਪਾਇਆ, ਆ ਕੇ ਗੋਇੰਦਵਾਲ ਸਾਹਿਬ ਪਵਿੱਤਰ ਧਰਤੀ ਦੇ ਉੱਤੇ ਆ ਕੇ ਨਤਮਸਤ ਵੀ ਹੋਏ, ਲੰਗਰ ਵੀ ਛਕਿਆ ਅਤੇ ਆਪਣਾ ਸੁਨੇਹਾ ਵੀ ਸਾਂਝਾ ਕੀਤਾ। ਅੱਜ ਉਹ ਚੇਚੇ ਤੌਰ 'ਤੇ ਕਨਵੋਕੇਸ਼ਨ ਨੂੰ ਪ੍ਰਜਾਈਡ ਓਵਰ ਕਰਨ ਆਏ ਸੀ। ਸੋ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਚੇਚੇ ਤੌਰ 'ਤੇ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਟਰੱਸਟ ਜਿਹੜਾ ਉਹਦੇ ਵੱਲੋਂ ਸਾਰਿਆਂ ਦਾ ਅਤੇ ਚੇਚੇ ਤੌਰ 'ਤੇ ਗਵਰਨਰ ਸਾਹਿਬ ਦਾ ਧੰਨਵਾਦ ਕਰਦਾ, ਕਿਉਂਕਿ ਇਹ ਉਹ ਯੂਨੀਵਰਸਿਟੀ ਆ ਜਿਹਨੇ ਕੋਵਿਡ ਦੇ ਵਿੱਚ ਵੀ ਸਰਕਾਰ ਦੇ ਸਾਰੇ ਅਦਾਰੇ ਹੱਥ ਖੜ੍ਹੇ ਕਰ ਗਿਆ ਸੀ, ਪਰ ਇਸ ਕਾਲਜ ਨੇ ਹੱਥ ਨਹੀਂ ਖੜ੍ਹੇ ਕੀਤੇ। ਫ੍ਰੀ ਆਫ ਕੋਸਟ ਕੋਵਿਡ ਵੇਲੇ ਉਹ ਜਿਹੜੇ ਟੀਕੇ ਸੀ ਉਹ ਲਾਏ, ਔਰ ਫੈਸਿਲਿਟੀਜ਼ ਜਿਹੜੀਆਂ ਸੀ ਉਹ ਵੱਧ ਤੋਂ ਵੱਧ ਦਿੱਤੀਆਂ, ਔਰ 4 ਵੱਖ ਵੱਖ ਜ਼ੋਨਾਂ ਦੇ ਵਿੱਚ ਵੱਡੇ ਜਿਹੜੇ ਸੀ ਉਹ ਕੋਵਿਡ ਸੈਂਟਰ ਵੀ ਚਲਾਏ, ਜਿਹਨਾਂ ਵਿੱਚ ਫ੍ਰੀ ਆਫ ਕੋਸਟ, ਕਿਉਂਕਿ ਆਕਸੀਜਨ ਦੀ ਬੜੀ ਘਾਟ ਸੀ ਉਹ ਸਾਰੀ ਮੁਹੱਈਆ ਕਰਦੇ ਸੀ। ਸੋ ਅੱਜ ਜਿਹੜੇ ਬੱਚੇ ਇੱਥੋਂ ਸਫਲ ਹੋ ਕੇ ਆਪਣੀਆਂ ਡਿਗਰੀਆਂ ਹਾਸਲ ਕਰਕੇ ਗਏ ਆ, ਉਹ ਅੱਜ ਇਹਨਾਂ ਨੇ ਡਿਗਰੀਆਂ ਜਿਹੜੀਆਂ ਉਹ ਤਕਸੀਮ ਕੀਤੀਆਂ। ਸੋ ਸੁਨੇਹਾ ਵੀ ਦੇ ਕੇ ਗਏ ਅਤੇ ਇਸ ਕਾਲਜ ਦੇ ਵਿੱਚ ਜਿਹੜੀਆਂ ਸਾਡੀਆਂ ਉਪਲਬਧੀਆਂ ਆ ਉਹ ਵੀ ਸਾਂਝੀਆਂ ਕਰਕੇ ਗਏ ਆ। ਸੋ ਧੰਨਵਾਦ ਕਰਦਾ। ਇੱਕ ਪ੍ਰਧਾਨ ਜੀ ਸਿੰਘ ਸਾਹਿਬ ਨੇ ਅੱਜ ਇੱਕ ਗੱਲ ਕਹੀ ਹੈ, ਜਸਵੰਤ ਸਿੰਘ ਖਾਲੜਾ ਦੀ ਜਿਹੜੀ ਫਿਲਮ ਬਣ ਰਹੀ ਹੈ ਦਿਲਜੀਤ ਵੱਲੋਂ ਉਹਦੇ ਵਿੱਚ ਭੂਮਿਕਾ ਨਿਭਾਈ ਜਾ ਰਹੀ ਹੈ, ਉਹਦੇ ਉੱਤੇ 125 ਦੇ ਕਰੀਬ ਕੱਟ ਜਿਹੜੇ ਲਾਉਣ ਦੇ ਹੁਕਮ ਦਿੱਤੇ ਗਏ ਨੇ। ਇੱਕ ਪਾਸੇ ਐਮਰਜੈਂਸੀ ਫਿਲਮ ਹੈ ਕੰਗਨਾ ਰਣੌਤ ਦੀ, ਤਾਂ ਉਹਨਾਂ ਨੇ ਕਿਹਾ ਵੀ ਸਿੱਖਾਂ ਦੇ ਨਾਲ ਬੇਇਨਸਾਫੀ ਹੈ,
ਦੇਖੋ ਮੈਂ ਸ਼ੁਰੂ ਤੋਂ ਕਹਿ ਰਿਹਾ ਹਰ ਇੱਕ ਧਰਮ ਦੀ ਇੱਕ ਮਰਿਆਦਾ ਹੁੰਦੀ ਆ, ਉਹਦੀ ਲਿਮੀਟੇਸ਼ਨ ਹੁੰਦੀ ਆ। ਜੇ ਤਾਂ ਸਿੱਖਾਂ ਦੇ ਉੱਤੇ ਕੋਈ ਕਟਾਕਸ਼ ਕਰਦਾ ਜਾਂ ਡੂਬੀਅਸ ਜਿਹਾ ਕਰੈਕਟਰ ਦਿੰਦੇ ਆ ਅਤੇ ਆਪਾਂ ਤਾੜੀਆਂ ਮਾਰਦੇ ਹਾਂ ਅਤੇ ਉਹ ਆਪਾਂ ਉਹੋ ਜਿਹੀਆਂ ਫਿਲਮਾਂ ਅਲਾਓ ਕਰ ਦਿੰਦੇ। ਜਿਹੜੀ ਕੰਗਣਾ ਰਣਾਵਤ ਵਾਲੀ ਫਿਲਮ ਆ ਉਹਦੇ ਵਿੱਚ ਮੈਂ ਹੁਣ ਡੰਗਾਈ 'ਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਤੁਸੀਂ ਸਾਰੇ ਮੁਲਾਂਕਣ ਕਰ ਚੁੱਕੇ ਹਾਂ। ਉਹ ਮੈਂ ਸਮਝਦਾ ਪੰਜਾਬ ਦੇ ਵਿੱਚ ਫਿਰ ਇੱਕ ਵਾਰੀ ਨਵੇਂ ਸਿਰਿਓਂ ਉਹ ਲਾਂਬੇ ਲਾਉਣ ਦੀ ਉਹਨੇ ਯਤਨ ਕੀਤਾ, ਕੋਸ਼ਿਸ਼ ਕੀਤੀ ਆ, ਪਰ ਗੁਰੂ ਕਿਰਪਾ ਕਰੇ ਉਹ ਕਾਮਯਾਬ ਨਹੀਂ ਹੋਏ ਆਪਣੇ ਮਕਸਦ ਦੇ ਵਿੱਚ। ਪਹਿਲਾਂ ਬਿਆਨ ਦੇ ਦਿੰਦੀ ਫਿਰ ਪਿੱਛੇ ਹੋ ਜਾਂਦੀ, ਅਤੇ ਜਿਹੜੀ ਸੈਂਸਰ ਬੋਰਡ ਨੇ ਉਹਨੂੰ ਆਪਣੇ ਖੁੱਲ੍ਹ ਦਿੱਤੀ ਆ ਜਾਂ ਹਾਈ ਕੋਰਟ ਨੇ ਕਿਹਾ ਸੀ ਵੀ ਇਹਦੇ 'ਤੇ ਫੈਸਲਾ ਦੇ ਦਿਓ, ਅਤੇ ਮੈਂ ਅਪੀਲ ਕੀਤੀ ਸੀ ਕਿ ਇਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਹਿਲਾਂ ਦਿਖਾਲੀ ਜਾਵੇ ਤਾਂ ਕਿ ਜਿੱਥੇ ਜਿੱਥੇ ਵੀ ਕੋਈ ਇਹ ਮਰਿਆਦਾ ਤੋਂ ਉਲਟ ਕੋਈ ਇਹਦੇ ਵਿੱਚ ਸੀਨ ਜਿਹੜੇ ਆ ਉਹ ਅੰਕਿਤ ਕੀਤੇ ਗਏ ਅਤੇ ਉਹ ਸਾਰੇ ਜਿਹੜੇ ਆ ਉਹ ਕੱਟੇ ਜਾ ਸਕਣ। ਅਤੇ ਮੈਂ ਤਾਂ ਫਿਲਮ ਨੂੰ ਮੁੰਡੋਂ ਰੱਦ ਕਰਦਾ ਵੀ ਉਹ ਫਿਲਮ ਹੀ ਨਹੀਂ ਬਣਾਉਣੀ ਚਾਹੀਦੀ ਕਿਉਂਕਿ ਜਿਹੜਾ ਵਿਵਾਦਾਂ ਦੇ ਵਿੱਚ ਆ ਜਾਵੇ, ਐਮਰਜੈਂਸੀ 1975 'ਚ ਲੱਗਦੀ ਆ ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਉਹ 77 ਦੇ ਵਿੱਚ ਜਿਹੜੇ ਉਸ ਦਮਦਮੀ ਟਕਸਾਲ ਦੇ ਮੁਖੀ ਬਣਦੇ ਆ। ਸੋ ਮੇਰਾ ਕਹਿਣ ਤੋਂ ਭਾਵ ਕਿ ਉਹ ਨਹੀਂ ਹੋਣਾ ਚਾਹੀਦਾ। ਅਤੇ ਜਿਹੜੀ ਪੰਜਾਬ ਦੀ ਤਰਾਸਦੀ ਆ ਜਿਹੜੀ ਸਾਰਿਆਂ ਵਿੱਚ ਛਪ ਚੁੱਕੀ ਆ, ਭਾਈ ਜਸਵੰਤ ਸਿੰਘ ਖਾਲੜਾ ਜਿਹਨੇ 25,000 ਅਨਆਡੈਂਟੀਫਾਈਡ ਡੈੱਡ ਬੋਡੀਜ਼ ਦਾ ਵੇਰਵਾ ਦਿੱਤਾ ਅਤੇ ਉਹਦਾ ਜਿਹੜਾ ਹਾਲ ਹੀ ਨਹੀਂ ਕੀਤਾ ਉਹ ਵੀ ਸਾਨੂੰ ਸਾਰਿਆਂ ਨੂੰ ਪਤਾ। ਅਤੇ ਇਹ ਫਿਲਮ ਜਿਹੜੀ ਇੱਥੇ ਕੱਟ ਕਿਉਂ ਲਾਏ ਜਾ ਰਹੇ? ਤੁਸੀਂ ਮੇਰੇ ਤੋਂ ਜ਼ਿਆਦਾ ਭਲੀ ਭਾਂਤ ਜਾਣਦੇ ਹਾਂ ਕਿ ਪੰਜਾਬ ਦੀ ਅਸਲੀਅਤ ਕਦੇ ਵੀ ਇਸ ਦੇਸ਼ ਦੀ ਅਤੇ ਖਾਸ ਕਰਕੇ ਸੈਂਟਰ ਦੀ ਸਰਕਾਰ ਨੇ ਲੋਕਾਂ ਦੇ ਸਾਹਮਣੇ ਨਹੀਂ ਆਉਣ ਦਿੱਤੀ। ਅਤੇ ਮੈਂ ਸਮਝਦਾ ਉਹਦੇ 'ਚ ਸੀਨਾਂ 'ਤੇ ਕੱਟ ਲਾਈ ਜਾਂਦੇ ਆ ਅਤੇ ਫਿਲਮ ਦਾ ਵਜੂਦ ਹੀ ਖਤਮ ਹੋ ਜਾਂਦਾ। ਸੋ ਐਜ ਇਟ ਜੀ ਉਹ ਤਾਂ ਕਹਾਣੀ ਆ, ਕਹਾਣੀ ਕੀ ਜੋ ਵਾਪਰੀ ਆ, ਅਤੇ ਜੇ ਵਾਪਰੀ ਆ ਤਾਂ ਫਿਰ ਉਹਦਾ ਲੋਕਾਂ ਦੇ ਸਾਹਮਣੇ ਜਿੱਦਾਂ ਪਿੱਛੇ ਉੜਦਾ ਪੰਜਾਬ ਚੱਲੀ ਸੀ, ਅਤੇ ਇਹ ਜੋ ਸੱਚਾਈ ਆ ਉਹ ਸੱਚਾਈ ਆਉਂਦੀ ਆ ਅਤੇ ਕੱਟ ਜਿਹੜੇ ਨਹੀਂ ਲਾਉਣੇ ਚਾਹੀਦੇ। ਹਾਂ ਜੇ ਕੋਈ ਓਬਜੈਕਸ਼ਨੇਬਲ ਹੋਵੇ ਤਾਂ ਉਹਨੂੰ ਆਪਾਂ ਕਰਦੇ ਵੱਖਰੀ ਗੱਲ। ਦੇਖੋ ਜਿਹੜੇ ਕਿਸਾਨਾਂ ਦੇ ਖਿਲਾਫ ਆ ਮੈਂ ਸਮਝਦਾ ਉਹ ਕਈ ਵਾਰੀ ਆਪਾਂ ਦੇਖੀਦਾ ਵੀ ਮੋਹਰਲਾ ਬੰਦਾ ਜਿਹੜਾ ਆ ਉਹ ਕਿੰਨਾ ਕੁ ਸਹਿਣ ਕਰ ਜਾਂਦਾ ਕਿਸੇ ਗੱਲ ਨੂੰ, ਅਤੇ ਉਹਨੇ ਬੜੀ ਤੇਜ਼ੀ ਦੇ ਨਾਲ ਇਹ ਬਿਆਨ ਦਿੱਤਾ ਸੀ ਅਤੇ ਬੜੀ ਤੇਜ਼ੀ ਦੇ ਨਾਲ ਇਹ ਵਾਪਸ ਮੁੜ ਗਈ ਆ। ਪਰ ਮੈਂ ਬੀਜੇਪੀ ਨੂੰ ਵੀ ਕਹਿਣਾ ਚਾਹੁੰਦਾ ਇੱਦਾਂ ਦੇ ਲੀਡਰਾਂ ਦੇ ਨੱਥ ਪਾਓ ਕਿਉਂਕਿ ਅੱਗੇ 1.5 ਸਾਲ ਬੜਾ ਵੱਡਾ ਨੁਕਸਾਨ ਹੋਇਆ ਆਰਥਿਕਤਾ ਅਤੇ ਖਾਸ ਕਰਕੇ ਕਿਸਾਨਾਂ ਦਾ। ਇਹੋ ਜਿਹੀਆਂ ਜਿਹੜੀਆਂ ਕਾਰਵਾਈਆਂ ਉਹ ਨਹੀਂ ਕਰਨੀਆਂ ਚਾਹੀਦੀਆਂ। ਅਤੇ ਮੈਂ ਆ ਕਿਉਂਕਿ ਕਨਵੋਕੇਸ਼ਨ ਹੋਈ 276 ਜਿਹੜੇ ਡਾਕਟਰ MBBS MS ਅਤੇ MD ਕਰਕੇ ਗਏ ਜਿਹੜੇ ਉਹ ਸਾਰਿਆਂ ਨੂੰ ਅੱਜ ਇੱਥੇ ਡਿਗਰੀਆਂ ਤਕਸੀਮ ਕੀਤੀਆਂ ਗਈਆਂ। ਵਾਹਿਗੁਰੂ ਜੀ ਕਾ ਖਾਲਸਾ। ਨਹੀਂ ਕੋਈ ਗੱਲ ਨਹੀਂ, ਹਾਲੇ ਕੋਈ ਆਖਰੀ ਨਹੀਂ, ਹੋਰ ਵੀ ਹੋਊਗੀ, ਇੱਦਾਂ ਨਹੀਂ ਹੁੰਦੀ, ਕੋਈ ਗੱਲ ਨਹੀਂ। ਦੇਖੋ ਕੱਲ ਨੂੰ ਇੱਕ ਮੀਟਿੰਗ ਰਿਜੈਕਟ ਹੁੰਦੀ, ਸਾਡੀ ਰੂਟੀਨ ਦੇ ਮੰਥਲੀ ਮੀਟਿੰਗ ਹੁੰਦੀ ਆ। ਦੇਖੋ ਇਹ ਤਾਂ ਗੱਲ ਮੈਂ ਕਹਿ ਸਕਦਾ ਵੀ 2017 'ਚ ਬੜੀ ਉੱਭਰਵੀਂ ਆਈ ਸੀ ਜੀ, ਬਈ ਅਕਾਲੀ ਸਰਕਾਰ ਵੇਲੇ ਬਹੁਤ ਨਸ਼ੇ ਵਧੇ, ਅਤੇ ਜਿਹੜੀ ਕਾਂਗਰਸ ਦੀ ਸਰਕਾਰ ਆਈ 22 ਤੱਕ ਉਹਨੂੰ ਤਾਂ ਸਿਰਾ ਲਾ ਦਿੱਤਾ, ਅਤੇ ਹੁਣ ਤਾਂ ਸਿਰਾ ਹੀ ਨਹੀਂ, ਹੁਣ ਤਾਂ ਖਤਮ ਹੀ ਹੋ ਗਈ ਕਹਾਣੀ। ਹੁਣ ਤਾਂ ਪਿੰਡ ਪਿੰਡ ਦੀ ਅਤੇ ਨਗਰ ਨਗਰ ਦੀ ਅਤੇ ਮਹੱਲੇ ਮਹੱਲੇ ਦੀ ਕਹਾਣੀ ਆ। ਜਿਹੜੇ ਮੂੰਹ ਨਾਲ ਕਹਿੰਦੇ ਸੀ ਵੀ ਅਸੀਂ 30 ਦਿਨਾਂ 'ਚ ਖਤਮ ਕਰ ਦਿਆਂਗੇ, ਅਤੇ ਅੱਜ ਮੇਰਾ ਖਿਆਲ ਆ ਮੈਂ ਕਿਉਂਕਿ ਪੁਲਿਸ ਅਫੀਸ਼ੀਅਲ ਦਾ ਨਾਂ ਨਹੀਂ ਲੈਣਾ ਚਾਹੁੰਦਾ, ਉਹ ਕਹਿੰਦੇ ਅੱਗੇ ਤਾਂ ਸਮੱਗਰੀ ਆਉਂਦੀ ਸੀ ਤਾਂ ਗਾਂਹ ਨਿਕਲ ਜਾਂਦੀ, ਹੁਣ ਤਾਂ ਕੰਜ਼ੂਮਰੇ ਇੱਥੇ ਬਹੁਤ ਬਣ ਗਏ। ਸੋ ਇਸ ਕਰਕੇ ਸਰਕਾਰ ਨੂੰ ਮੈਂ ਸਮਝਦਾ ਲਾਣ 'ਤੇ ਆ ਕਿ ਝੂਠ ਬੋਲ ਬੋਲ ਕੇ ਲੋਕਾਂ ਨਾਲ ਵਾਅਦੇ ਫੋਕੇ ਕਰ ਕਰਕੇ
ਸਰਕਾਰ ਹੋਂਦ ਵਿੱਚ ਆ ਗਏ ਅਤੇ ਉਹਦੀ ਕਾਰਗੁਜ਼ਾਰੀ ਤਾਂ ਅੱਜ ਲੋਕ ਹਿਸਾਬ ਵੀ ਮੰਗਦੇ, ਇਹਨਾਂ ਦੀ ਪਾਰਟੀ ਦੇ ਆਪਣੇ ਮੰਗਦੇ ਆ ਅਸੈਂਬਲੀ ਦੇ ਵਿੱਚ, ਤੁਸੀਂ ਦੇਖਿਆ ਕੀ ਹੋਇਆ। ਸੋ ਇਸ ਕਰਕੇ ਜਿਹੜਾ ਸੱਚ ਆ ਉਹ ਬਹੁਤ ਚਿਰ ਨਹੀਂ ਲੁਕਿਆ ਰਹਿੰਦਾ, ਅਕਸਰ ਪ੍ਰਗਟ ਹੋ ਜਾਂਦਾ।